ਦੇਖੋ ਸਭ ਤੋਂ ਪਹਿਲਾਂ ਪੰਜਾਬ ਦੇ ਸਾਰੇ ਵੋਟਰਾਂ ਦਾ ਨਾਗਰਿਕਾਂ ਦਾ ਬਹੁਤ-ਬਹੁਤ ਧੰਨਵਾਦ ਕਿ ਅੱਜ ਬੜੇ ਅੱਛੇ ਤਰੀਕੇ ਦੇ ਨਾਲ ਪੁਰ ਅਮਨ ਸ਼ਾਂਤੀਪੂਰਵਕ ਜਿਹੜੀਆਂ ਵੋਟਾਂ ਨੇ ਉਹ ਪੂਰ ਹੋਈਆਂ ਨੇ ਜੀਆਂ ਸੋ ਇਹ ਬਹੁਤ ਹੀ ਅੱਛੀ ਗੱਲ ਆ ਕਿ ਲੋਕ ਆਪਣੇ ਪਿੰਡ ਦਾ ਮੁਖੀਆ ਆਪਣੇ ਪਿੰਡ ਦੀ ਸਰਕਾਰ ਜਿਹੜੀ ਆ ਉਹ ਪੁਰ ਅਮਨ ਤਰੀਕੇ ਨਾਲ ਚੁਣ ਰਹੇ ਨੇ ਜੀ ਸੋ ਇਹਦੇ ਲਈ ਸਾਰੇ ਪੰਜਾਬ ਦੇ ਵੋਟਰਾਂ ਦਾ ਸਾਰੇ ਨਾਗਰਿਕਾਂ ਦਾ ਬਹੁਤ-ਬਹੁਤ ਧੰਨਵਾਦ ਦੇਖੋ ਲੋਕਤੰਤਰ ਦੇ ਅੰਦਰ ਲੋਕਤੰਤਰ ਦੇ ਅੰਦਰ ਜਿਹੜੀ ਮਤ ਸੰਬੰਧਾ ਔਰਤਾਂ ਤੇ ਮਰਦਾਂ ਦੀ ਗਿਣਤੀ ਆ ਉਹ ਲਗਭਗ 50% ਆ 50-50% ਆ ਸੋ ਔਰਤਾਂ ਨੇ ਸਭ ਤੋਂ ਵੱਧ ਅੱਜ ਦਿਖਾਇਆਗਾ ਕਿ ਬੋਟ ਕਾਸਟਿੰਗ ਜਿਹੜੀ ਹੋਈ ਆ ਉਹ ਸਭ ਤੋਂ ਵੱਧ ਔਰਤਾਂ ਨੇ ਕੀਤੀ ਆ ਸੋ ਪਤਾ ਲੱਗਦਾ ਕਿ ਪੰਜਾਬ ਦੀਆਂ ਔਰਤਾਂ ਬੜੀਆਂ ਤਾਕਤਵਰ ਨੇ ਔਰ ਪੰਜਾਬ ਜਿਹੜਾ ਹੈਗਾ ਬੜਾ ਪਾਵਰਫੁਲ ਆ ਔਰਤਾਂ ਨੂੰ ਸਨਮਾਨ ਦੇਣ ਦੇ ਵਿੱਚ ਇਸ ਗੱਲ ਦੀ ਜਿਹੜੀ ਹਾਮੀ ਆ ਇਸ ਗੱਲ ਦਾ ਸਬੂਤ ਆ ਜਿਹੜਾ ਉਹ ਅੱਜ ਸਾਹਮਣੇ ਆਇਆਗਾ ਜੇ ਕੋ ਮੈਂ ਹਲਕਾ ਦੜਬਾ ਦੀ ਦੂਸਰੀ ਵਾਰ ਨਾਮਜ਼ਦਗੀ ਕਰ ਰਿਹਾ ਦੂਸਰੀ ਵਾਰ ਮੈਨੂੰ ਹਲਕਾ ਦੜਬਾ ਦੇ ਲੋਕਾਂ ਨੇ ਸੇਵਕ ਚੁਣਿਆ ਆਪਦਾ ਔਰ ਮੈਂ ਤਾਂ ਪਿਛਲੇ ਸਮੇਂ ਵੀ ਇਸ ਸਮੇਂ ਵੀ ਕਿਸੇ ਪ੍ਰਕਾਰ ਦਾ ਪੱਖਪਾਤ ਕੋਈ ਵੀ ਸਿਆਸੀ ਤੌਰ ਤੇ ਗੈਰ ਸਿਆਸੀ ਤੌਰ ਤੇ ਕਦੇ ਵੀ ਨਹੀਂ ਕੀਤਾ ਸੋ ਸਭ ਤੋਂ ਪਹਿਲਾਂ ਜਦੋਂ ਨੋਮੀਨੇਸ਼ਨ ਹੋਈਆਂ ਨੋਮੀਨੇਸ਼ਨ ਪੇਪਰ ਭਰੇ ਗਏ ਤਾਂ ਸਾਰਿਆਂ ਨੂੰ ਬਰਾਬਰ ਦੇ ਮੌਕੇ ਮਿਲੇ ਮੇਰੇ ਆਫਿਸ ਦੇ ਅੰਦਰ ਤਾਂ ਆ ਕੇ اپੋਜੀਸ਼ਨ ਪਾਰਟੀਆਂ ਦੇ ਲੋਕ ਵੀ ਆਪਣੇ ਫਾਰਮ ਭਰਵਾ ਕੇ ਲੈ ਗਏ ਨੇ ਕਿ ਇਹੀ ਕਾਰਨ ਹੈ ਕਿ ਸ਼ਾਂਤੀਪੂਰਵਕ ਵੋਟਾਂ ਜਿਹੜੀਆਂ ਅਜ ਪੰਨਿਆਂ ਨਹੀਂ ਕਾ ਜਿਹੜੀ ਪੰਚਾਇਤਾਂ ਚੋਣੀਆਂ ਜਾ ਰਹੀਆਂ ਨੇ ਨਵੀਂ ਅੱਜ ਪੰਚਾਇਤਾਂ ਬਣਣੀਆਂ ਨੇ ਕੀ ਕਹਿਣਾ ਚਾਹੋ। ਦੇਖੋ ਜਿੰਨੇ ਵੀ ਅੱਜ ਸਰਪੰਚ ਕਿਉਂਕਿ ਕਾਊਂਟਿੰਗ ਚੱਲ ਰਹੀ ਆ ਜਿੰਨੇ ਵੀ ਸਰਪੰਚ ਜਿੱਤ ਰਹੇ ਨੇ ਜਾਂ ਜਿੱਤ ਚੁੱਕੇ ਨੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਇਹਹੀ ਸਲਾਹ ਕੀ ਇਮਾਨਦਾਰੀ ਨਾਲ ਨੇਕ ਨੀਤੀ ਨਾਲ ਅچھے ਤਰੀਕੇ ਨਾਲ ਆਪਣੇ ਪਿੰਡ ਦੀ ਸੇਵਾ ਕਰੋ ਆਪਣੇ ਪਿੰਡ ਦੇ ਜਿੰਨੇ ਕੰਮ ਨੇ ਉਹ ਸਾਡੇ ਤੱਕ ਪਹੁੰਚਾਓ ਤਾਂ ਕਿ ਉਹਨਾਂ ਸਾਰਿਆਂ ਦਾ ਹੱਲ ਹੋ ਸਕੇ। ਔਰ ਜਿਹੜੇ ਦੂਜੇ ਨੰਬਰ ਤੇ ਰਹੇ ਨੇ ਤੇ ਤੀਜੇ ਨੰਬਰ ਤੇ ਰਹੇ ਨੇ ਉਹਨਾਂ ਸਾਰਿਆਂ ਨੂੰ ਮੇਰੀ ਇਹਹੀ ਸਲਾਹ ਕਿ ਤੁਸੀਂ ਲੋਕਾਂ ਦਾ ਧੰਨਵਾਦ ਕਰੋ ਔਰ ਲੋਕਾਂ ਲਈ ਅਗਲੇ ਆਉਣ ਵਾਲੇ ਸਮੇਂ ਲਈ ਆਉਣ ਵਾਲੇ ਸਮੇਂ ਲਈ ਤੁਸੀਂ ਆਪਣੀ ਹੋਰ ਮਿਹਨਤ ਕਰੋ। ਬਿਲਕੁਲ ਜਿਹੜੇ ਵੀ ਮੇਰੇ ਕੋਲੇ ਡਿਮਾਂਡਸ ਆਉਂਦੀਆਂ ਨੇ ਲਗਭਗ ਮੈਂ ਆਪ ਦਾ ਹਲਕੇ ਦੇ 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 ਸਾਰਿਆਂ ਨੂੰ ਅਸੀਂ ਪ੍ਰਾਇੋਰਟੀ ਦੇ ਆਧਾਰ ਦੇ ਉੱਤੇ ਫੰਡ ਵੀ ਵਹਜਾ ਕਰਵਾਉਨੇ ਆ ਉਹਨਾਂ ਦੇ ਜਿਹੜੀਆਂ ਜਿੱਥੇ ਵੀ ਕਿਤੇ ਲੋੜ ਆ ਉਹ ਅਸੀਂ ਪੂਰੀ ਕਰਦੇ ਹਾਂ ਬਹੁਤ ਸਾਰੀਆਂ ਸੜਕਾਂ ਦੇ ਪ੍ਰੋਜੈਕਟ ਬਹੁਤ ਸਾਰੇ ਸਕੂਲਾਂ ਦੇ ਪ੍ਰੋਜੈਕਟ ਖਾਸ ਕਰਕੇ ਡੜਬਾ ਦਾ ਕੰਪਲੈਕਸ ਜਿਹੜਾ ਉਹ ਤਿਆਰ ਆ ਬੜੀ ਜਲਦੀ ਲੋਕਾਂ ਨੂੰ ਸਮਰਪਿਤ ਕਰਾਂਗੇ। ਕੋਰਿਆਂ ਦੇ ਅੰਦਰ ਹਸਪਤਾਲ ਬਣ ਰਿਹਾਗਾ ਇਸੇ ਤਰ੍ਹਾਂ ਇੰਡੋਰ ਸਟੇਡੀਅਮ ਦੀ ਸ਼ੁਰੂਆਤ ਬੜੀ ਜਲਦੀ ਹੋ ਜਾਵੇਗੀ